हरियाणा सिख गुरद्वारा प्रबंधक कमेटी के प्रधान बाबा बलजीत सिंह दादूवाल ते होरना पंथक जथेबंदियां वल्लों अज आई जी कुंवर विजय प्रताप सिंह नूं गोल्ड मैडल नाल सन्मानित किया गया। दस दईए कि पिछले दिनी हाई कोर्ट वल्लों आई जी कुंवर विजय प्रताप सिंह की सिट वल्लों जारी की रिपोर्ट नूं खारज कर दिता गया सी, जिस तों बाद रोस वजों कुंवर विजय प्रताप सिंह होरां वल्लों अस्तीफा दे दिता गया सी। उन्हां दी इस जांच रिपोर्ट की पंथक गलियारियां दे विच काफ़ी ज़्यादा चर्चा सी, जिस तों बाद अज बाबा बलजीत सिंह दादूवाल ते होरना जथेबंदियां वल्लों गोल्डन प्लाजा विखे उन्हां नूं गोल्ड मैडल नाल सन्मानित किया गया। देखो जदों बेअदबी होई ना तो सानू मौके की सरकार नूं असीं मजबूर किया कि सानू इंसाफ दो, पर मौके की सरकार जिहड़ी सी बादलां दी उन्हां इंसाफ नहीं दिता। डेढ़ साल उन्हां नूं अपने बनाए कमिशन ते भी भरोसा नहीं सी, उन्हां ने केवल गोंगलुआं तों मिट्टी झाड़ी। कैप्टन ने कहा मैनू बनाओ तो मैं दोषियों नूं जेल दीआं सलाखां पिछे डकांगा। उहदे ते पंजाब दे लोगों ने भरोसा करके कैप्टन अमरिंदर सिंह नूं लिआंदा। चार साल उन्हें भी उलझन ताणी च पा दिता बेअदबी दा इंसाफ। हुण जिहड़ा तुहाडे सामने आ कि जांच कमिशन की रिपोर्ट सबमिट होण तों बाद विधानसभा च सैशन करके सिट बनाई, कई अफसर पछाँह हट गए क्योंकि वड्डे मगरमसां की जाँच करनी समेत सैनी बादलों वर्गियां दी। ਤਾਂ ਇੱਕ ਅਫਸਰ ਨੇ ਤਹੱਈਆ ਕੀਤਾ, ਬੜੀ ਵਿਵਾਕੀ ਅਤੇ ਨਿਡਰਤਾ ਨਾਲ ਉਹਨੇ ਜਾਂਚ ਕੀਤੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ। ਜਦੋਂ ਉਹਨੇ ਦਿਨ ਰਾਤ ਮਿਹਨਤ ਕਰਕੇ ਜਾਂਚ 9 ਚਲਾਣ ਪੇਸ਼ ਕੀਤੇ, 10ਵਾਂ ਪੇਸ਼ ਕਰਨਾ ਵੱਡੇ ਮਗਰ ਬਸ ਫਸਦੇ ਨਜ਼ਰ ਆਏ ਤਾਂ ਉਹਨਾਂ ਨੇ ਜਾਂਚ ਵੀ ਰੱਦ ਅਤੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਵੀ ਪਾਸੇ ਕਰ ਦਿੱਤਾ। ਭ੍ਰਿਸ਼ਟ ਲੀਡਰਸ਼ਾਹੀ ਅਤੇ ਅਫਸਰ ਸਹੀ ਰਲ ਗਈ, ਨਿਆਂਪਾਲਿਕਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ। ਅੱਜ ਅਸੀਂ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਸਮੇਂ ਦੀਆਂ ਸਰਕਾਰਾਂ ਨੇ ਹਾਕਮਾਂ ਨੇ ਦੋਸ਼ੀਆਂ ਨੇ ਅਪਮਾਨਿਤ ਕੀਤਾ ਤਾਂ ਅਸੀਂ ਪੰਥ ਵੱਲੋਂ ਉਹਦਾ ਸਨਮਾਨ ਗੋਲਡ ਮੈਡਲ ਸੇਵਾ ਸਨਮਾਨ ਦੇ ਨਾਲ ਅੱਜ ਗੁਰੂ ਰਾਮਦਾਸ ਦੇ ਦਰ 'ਤੇ ਪੰਥ ਵੱਲੋਂ ਔਰ ਗੈਰ ਪੰਥਕ ਇਨਸਾਫ ਪਸੰਦ ਲੋਕਾਂ ਵੱਲੋਂ ਹਿੰਦੂ ਵੀਰ ਵੀ ਮੁਸਲਮਾਨ ਵੀਰ ਵੀ ਇੱਥੇ ਆਏ ਅਤੇ ਸਾਂਝੇ ਤੌਰ 'ਤੇ ਉਹਦਾ ਸਨਮਾਨ ਕੀਤਾ। ਔਰ ਇਨਸਾਫ ਦੀ ਲੜਾਈ ਸਾਡੀ ਜਾਰੀ ਆ ਅਜੇ ਵੀ, ਇਹ ਨਹੀਂ ਹੈ ਕਿ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਹੋ ਗਿਆ ਅਤੇ ਇਨਸਾਫ ਦੀ ਲੜਾਈ ਮੁੱਕ ਗਈ, ਨਹੀਂ। ਜਿਨ੍ਹਾਂ ਨੇ ਵੀ ਚੰਗਾ ਕੀਤਾ ਅਸੀਂ ਉਹਨਾਂ ਦਾ ਸਨਮਾਨ ਕੀਤਾ, ਹੋਰ ਵੀ ਕਰਾਂਗੇ ਜਿਹੜੇ ਚੰਗਾ ਕਰ ਰਹੇ ਆ ਇਸ ਦੇ ਵਿੱਚ, ਜਿਹੜੇ ਸਾਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕਰਾਂਗੇ ਇਨਸਾਫ ਦੇਣ 'ਤੇ, ਭੱਜਣ ਨਹੀਂ ਦਿੰਦੇ। ਅਜੇ 5-7 ਮਹੀਨੇ ਪਏ ਆ, ਸਿੱਖ ਜਥੇਬੰਦੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਸਲਾਹ ਮਸ਼ਵਰਾ ਹੋ ਰਿਹਾ। ਇਨਸਾਫ ਦੀ ਲੜਾਈ 'ਚ ਅਸੀਂ ਸਾਰੇ ਇੱਕ ਹਾਂ, ਇਹਦੇ 'ਚ ਕੋਈ ਵਖਰੇਵਾਂ ਨਹੀਂ ਆ। ਸਾਰੇ ਮਹਾਂਪੁਰਸ਼ ਸੰਪਰਦਾਵਾਂ, ਟਕਸਾਲਾਂ, ਅਕਾਲੀ ਦਲ ਫੈਡਰੇਸ਼ਨ, ਸਾਰੇ ਇੱਕ ਮੰਚ 'ਤੇ ਇਕੱਠੇ ਹੋਣਗੇ ਅਤੇ ਗੈਰ ਸਿੱਖ ਇਨਸਾਫ ਪਸੰਦ ਵੀ, ਹਿੰਦੂ ਵੀ, ਮੁਸਲਮਾਨ, ਬੋਧੀ, ਜੈਨੀ, ਸਭ ਇੱਕ ਮੰਚ 'ਤੇ ਆਉਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕੀਤਾ ਜਾਊਗਾ, ਜੇਕਰ ਉਹ ਇਨਸਾਫ ਨਹੀਂ ਦਿੰਦਾ ਤਾਂ ਜਿਵੇਂ ਪੰਥ ਅਤੇ ਪੰਜਾਬ ਦੇ ਲੋਕਾਂ ਨੇ ਬਾਦਲ ਨੂੰ ਤੋੜ ਦਿੱਤਾ, ਜਿਹੜੇ 25 ਸਾਲ ਦਾ ਰਾਜ ਕਰਨ ਦਾ ਨਾਰਾ ਮਾਰਦੇ ਸੀ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਿੰਦਰਾ ਬਾਗ ਦਾ ਰਾਹ ਵਿਖਾ ਦੇਣਗੇ, ਮੋਤੀ ਮਹਿਲ ਦਾ ਰਾਹ ਵਿਖਾ ਦੇਣਗੇ ਪੰਜਾਬ ਦੇ ਲੋਕ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਦੇਸ਼ ਦੇ ਅੰਗਰੇਜ਼ੀ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲ ਸਕਦਾ। ਉਹਨਾਂ ਕਿਹਾ ਕਿ ਇਸ ਕੇਸ ਸੰਬੰਧੀ ਫਰੀਦਕੋਟ ਅਦਾਲਤ ਵਿੱਚ 9 ਚਲਾਣ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 5 ਚਲਾਣ ਅਦਾਲਤ ਨੇ ਬਿਨਾਂ ਪੜ੍ਹੇ ਰੱਦ ਕਰ ਦਿੱਤੇ ਅਤੇ 4 ਚਲਾਣ ਅਜੇ ਵੀ ਜ਼ਿੰਦਾ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਕੇਸ ਵਿੱਚ ਸਿਰਫ ਟਾਈਮ ਪਾਸ ਕੀਤਾ ਜਾ ਰਿਹਾ, ਕਦੇ ਇੱਕ ਸਿੱਟ ਬਣਾ ਲਈ ਜਾਂਦੀ ਹੈ ਅਤੇ ਕਦੇ ਦੂਜੀ। ਉਹਨਾਂ ਕਿਹਾ ਕਿ ਸਰਕਾਰਾਂ ਲਗਾਤਾਰ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ ਨੇ, ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸੰਗਤਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲੇਗਾ। ਜਦੋਂ ਮੈਂ ਇਨਵੈਸਟੀਗੇਸ਼ਨ ਸ਼ੁਰੂ ਕੀਤਾ ਸੀ, ਮੈਨੂੰ ਇਹ ਵੀ ਪਤਾ ਸੀ ਕਿ ਮੇਰੀ ਨੌਕਰੀ ਵੀ ਜਾ ਸਕਦੀ ਹੈ, ਮੇਰੀ ਜਾਨ ਵੀ ਜਾ ਸਕਦੀ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਦੋਸ਼ੀ ਜਿਹੜੇ ਨੇ ਮੈਂ ਉਹਨਾਂ ਦਾ ਨਾਂ ਹੀ ਨਹੀਂ ਲੈਂਦਾ। ਅਸਲ ਦੋਸ਼ੀ ਜਿਹੜੇ ਨੇ ਉਹ ਬਹੁਤ ਹੀ ਇਨਫਲੂਐਂਸ਼ੀਅਲ, ਬਹੁਤ ਹੀ ਪਾਵਰਫੁੱਲ, ਬਹੁਤ ਹੀ ਪੈਸੇ ਵਾਲੇ ਨੇ, ਉਹ ਸਭ ਕੁਛ ਖਰੀਦ ਸਕਦੇ ਨੇ। ਉਹਨਾਂ ਨੇ ਇਸ ਮੁਲਕ ਦੇ ਸੰਵਿਧਾਨ ਦੀ ਵੀ ਹੱਤਿਆ ਕਰਾ ਦਿੱਤੀ ਹੈ, ਮਰਡਰ ਕਰਾਇਆ ਹੈ ਮੁਲਕ ਦੇ। ਉਹਨਾਂ ਨੇ ਜੋ ਲੋਕ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਸਕਦੇ ਨੇ, ਉਸ ਸੰਵਿਧਾਨ ਦੀ ਹੱਤਿਆ ਕਰਵਾ ਦਿੱਤੀ ਕੋਈ ਬਹੁਤ ਵੱਡੀ ਗੱਲ ਉਹਨਾਂ ਵਾਸਤੇ ਨਹੀਂ ਹੈ। ਲੇਕਿਨ ਮੈਨੂੰ ਉਮੀਦ ਸੀਗੀ ਕਿ ਜੋ ਸੰਵਿਧਾਨ ਦੇ ਰਖਵਾਲੇ ਸੀਗੇ ਉਹ ਜ਼ਰੂਰ ਇਨਸਾਫ ਕਰਨਗੇ, ਲੇਕਿਨ ਇਨਸਾਫ ਮਿਲਿਆ ਨਹੀਂ। ਮੈਨੂੰ ਇਹ ਵੀ ਅੱਜ ਇੱਥੇ ਕਹਿੰਦੇ ਹੋਏ ਕੋਈ ਵੀ ਮੈਨੂੰ ਹੈਜੀਟੇਸ਼ਨ ਨਹੀਂ ਹੈ, ਹੈਰਾਨੀ ਨਹੀਂ ਹੈ। ਦੇਖੋ ਇਸ ਕੇਸ ਦੇ ਵਿੱਚ ਦੇਖੋ ਤੁਸੀਂ ਜੋ ਕਾਨੂੰਨ ਹੈ ਨਾ ਸਾਡਾ, ਇਹ ਜਿਹੜਾ ਕਾਨੂੰਨ ਹੈ ਕੋਲੋਨੀਅਲ ਲਾਅ ਹੈ, ਕੋਲੋਨੀਅਲ ਲਾਅ ਅੰਗਰੇਜ਼ੀ ਕਾਨੂੰਨ ਜਿਹਨੂੰ ਅਸੀਂ ਕਹਿੰਦੇ ਹਾਂ, ਅੰਗਰੇਜ਼ੀ ਕਾਨੂੰਨ ਦੇ ਤਹਿਤ ਇਸ ਕੇਸ ਦੇ ਵਿੱਚ ਇਨਸਾਫ ਨਹੀਂ ਹੋਣਾ ਹੈ, ਹੋ ਹੀ ਨਹੀਂ ਸਕਦਾ ਹੈ ਅੰਗਰੇਜ਼ੀ ਕਾਨੂੰਨ ਦੇ ਤਹਿਤ, ਇਹ ਮੇਰਾ ਦਾਅਵਾ ਹੈ। ਦੂਸਰਾ ਮੈਂ ਇਹ ਕਹਾਂਗਾ, ਦੇਖੋ
कि जो री इन्वेस्टिगेशन की गल कर रहे हैं, दोबारा इन्वेस्टिगेशन तुसी एक सीट बना लो, दो बना लो, सीबीआई ले आओ, तुसी जो मर्जी ले आओ, री इन्वेस्टिगेशन हो नहीं सकता है। टाइम पास जरूर होगा, लोगों को मूर्ख जरूर बनाया जाएगा। दूसरी गल यह है कि जो चलान मैं दिता सी, जो रिपोर्ट, ना तो वो रिपोर्ट सरकार नू गई सी, कई लोगों नू भुलेखा है कि यह रिपोर्ट सरकार नू दिती गई सी, ना ही यह रिपोर्ट मानजोग हाई कोर्ट दे विच दाखिल हुई सी। साड़ी रिपोर्ट 9 चलाना दे रूप दे विच फरीदकोट की मानजोग जिला अदालत दे विच दाखिल की गई सी। उन्हां 9 चलाना चो 5 चलान जड़े ने उन्हां नू क्वेश कर दिता गया है, खारिज किया गया है। 4 चलान हुण भी जिंदा ने, ठीक है कि नहीं। लेकिन मैं ये कहूँगा हाँ कि देखो, जो रिपोर्ट दी गई है वो रिपोर्ट मानजोग जिला अदालत फरीदकोट दे विच है। मैनू ये पता नहीं है कि वो रिपोर्ट किस तरह, मतलब बिना रिपोर्ट देखे हुए जो फैसला आया है, मैं फैसला ना तो पढ़िया हाँ, ना मैनू पढ़ना है, ना ही मतलब मैनू उस दी लोड़ है। मैनू पहला तो पता सी, ठीक है, इस दे बारे पहला तो पता सी, ते मैं उस दे उते कोई किंतु परंतु नहीं करना चाहूँगा हाँ, कोई किंतु परंतु नहीं।